ਹਾਂਜੀ ਦੋਸਤੋ, ਕੀ ਹਾਲ ਆ ਸਾਰੇ ਭਰਾਵਾਂ ਦਾ? ਇੱਕ ਨਵੀਂ ਵੀਡੀਓ ਨਾਲ ਹਾਜ਼ਰ ਹਾਂ ਤੁਹਾਡੇ। ਟਰਬੋ ਸੁਪਰ 5500 ਹੋਲੈਂਡ ਹੈ, ਇਹ ਮਾਡਲ ਕਿਹੜਾ ਰਾਜੇ? ਇਹ 14 ਮਾਡਲ ਟਰੈਕਟਰ ਭਾਅ ਜੀ, ਬਾਹਰ ਦਾ ਨੰਬਰ ਹੈ। ਅਤੇ ਰੇਟ ਵੀ ਤੁਹਾਨੂੰ ਸਾਰੇ ਕਨਫਰਮ ਦੱਸੀ ਦੇ ਵੀਡੀਓ ਦੇ ਵਿੱਚ, ਕਿ ਵੀਡੀਓ ਬਣਾਉਣ ਦਾ ਤਾਂ ਹੀ ਫਾਇਦਾ, ਮਾਡਲ ਰੇਟ ਦੱਸੀਏ, ਇਸ ਤਰ੍ਹਾਂ ਦਾ ਵੀਡੀਓ ਦਾ ਕੋਈ ਫਾਇਦਾ ਨਹੀਂ। ਜੇ ਕਿਸੇ ਨੂੰ ਨੌਲੇਜ ਵੀ ਆਵੇ, ਵੀਡੀਓ ਦੇਖਣ ਦਾ ਪਤਾ ਵੀ, ਯੂਜੀ ਗੇਅਰ ਹੈ, 12+3 ਯੂਜੀ ਗੇਅਰ ਦੇ ਵਿੱਚ ਟਰੈਕਟਰ ਹੈ। ਅਤੇ ਇਹ ਰਾਜੇ ਕੀ ਡਿਮਾਂਡ ਹੈ ਇਹਦੀ? ਕਿੰਨੇ ਦਾ? 3,30,000 ਰੁਪਏ ਦਾ ਟਰੈਕਟਰ ਇਹਦੀ ਡਿਮਾਂਡ ਆ। ਅਤੇ ਕਿੰਨਾ ਨੰਬਰ ਦੁਕਾਨ ਆ ਤੁਹਾਡੀ? ਕਿੰਨਾ ਨੰਬਰ ਦੁਕਾਨ ਆ ਤੁਹਾਡੀ? 258 ਨੰਬਰ ਦੁਕਾਨ 'ਤੇ ਇਹ ਖੜ੍ਹਾ ਟਰੈਕਟਰ। ਕਿਸੇ ਵੀਰ ਭਰਾ ਨੇ ਟਰਾਈ ਕਰਨੀ ਹੋਵੇ ਤਾਂ ਉਹਦਾ ਟਰਾਈ ਕਰਕੇ ਟਰੈਕਟਰ ਆ ਕੇ ਆਪਣਾ ਦੇਖ ਸਕਦੇ ਆ। ਵੀਡੀਓ ਤੁਹਾਨੂੰ ਮੈਂ ਪਾ ਦਿੱਤੀ ਹੈ ਕਿ ਹੋਲੈਂਡ ਦੇ ਬਹੁਤ ਫੋਨ ਆਉਂਦੇ ਸੀ ਵੀ ਹੋਲੈਂਡ ਦੀ ਵੀਡੀਓ ਪਾਇਓ, ਹੋਲੈਂਡ ਦੀ ਤੁਹਾਨੂੰ ਵੀਡੀਓ ਪਾ ਦਿੱਤੀ, ਅੰਦਰੋਂ ਮਰਗਾਡ ਵਗੈਰਾ ਦੇਖ ਸਕਦੇ ਹੋ ਤੁਸੀਂ। ਅਤੇ ਆ ਰਿਮ ਰਿਮ ਮੇਰੇ ਖਿਆਲ ਸ਼ਾਇਦ ਪੇਂਟ ਹੋਏ ਆ। ਬਾਕੀ ਟਾਇਰਾਂ ਦੀ ਵੀਡੀਓ ਤੁਹਾਨੂੰ ਦਿਖਾ ਦਿੰਦਾ ਸਾਰੀ। ਓਰੀਜਨਲ ਸੀਟ ਆ ਜਿਹੜੀ ਹੋਲੈਂਡ ਦੀ, ਓਰੀਜਨਲ ਸੀਟ ਆਈ ਹੈ 5500 ਦੇ। ਜਿਹੜਾ ਟਰਬੋ ਆਇਆ 5500 ਦੇਖ ਸਕਦੇ ਹੋ ਤੁਸੀਂ, ਆਹ ਟਰਬੋ ਹੋਲ ਸੈਟ ਦਾ ਜਿਹੜੇ ਨਾਲ ਆਉਂਦਾ, ਜਿਹੜਾ 25 ਨੰਬਰ ਟਰਬੋ ਲੱਗਾ। ਟਰੈਕਟਰ ਸਾਫ਼ ਆ, ਬਾਕੀ ਆਪਣੀ ਤਸੱਲੀ ਤੁਸੀਂ ਕਰ ਸਕਦੇ ਹਾਂ ਕਿ ਵੀਡੀਓ ਬਣਾਉਣ ਦਾ ਫਿਰ ਜੀ ਇਹ ਮਕਸਦ ਆ ਵੀ ਚੱਲ ਕੋਈ ਬੰਦਾ ਵੀਡੀਓ ਵੇਖਦਾ ਤਾਂ ਆਪਣੀ ਵੀਡੀਓ ਤੋਂ ਅਗਲੇ ਨੌਲੇਜ ਆਵੇ ਅਤੇ ਮਾਰਕੀਟ ਰੇਟਾਂ ਦਾ ਪਤਾ ਲੱਗ ਜਾਂਦਾ। ਟਰੈਕਟਰ ਬਾਹਰ ਦਾ ਨੰਬਰ ਆ ਵੀਰ ਜੀ, ਮੈਂ ਵੀਡੀਓ 'ਚ ਵਾਰ ਵਾਰ ਕਹਿੰਦਾ ਹੁੰਦਾ ਵੀ ਟਰੈਕਟਰ ਬਾਹਰ ਦਾ ਨੰਬਰ, ਇਹਦਾ ਕੰਪੈਰੀਜ਼ਨ ਲੋਕਲ ਨੰਬਰ ਨਾਲ ਰੇਟ ਦਾ ਨਾ ਕਰਿਆ ਕਰੋ। 3,30,000 ਇਹਨਾਂ ਮਾਲਕਾਂ ਦੀ ਡਿਮਾਂਡ ਆ, ਬਾਕੀ ਮੌਕੇ 'ਤੇ ਔਨ ਦਾ ਟੇਬਲ ਬਹਿ ਕੇ ਅਗਲੇ ਨਾਲ ਹੋ ਜਾਂਦਾ। ਬੰਦ ਕਰਦੇ ਰਹੇ ਸ਼ੋ, ਜਾਂ ਪਿੱਛੋਂ ਤੁਹਾਨੂੰ ਟਰੈਕਟਰ ਦਿਖਾ ਦੇਖ ਸਕਦੇ ਹੋ। ਇੱਕ ਦੋ ਟਰੈਕਟਰ ਇਹਨਾਂ ਕੋਲ ਹੋਰ ਆ, ਉਹ ਵੀ ਤੁਹਾਨੂੰ ਮੈਂ ਦਿਖਾਉਣਾ। ਆ ਜਾਓ ਆ ਯਾਰ, ਅਜੇ ਆ ਵੀ ਦੱਸੀ ਜੀ, ਇਸ ਕਿਹੜਾ ਮਾਡਲ ਆ ਇਹ? ਇਹ 15 ਮਾਡਲ, ਇਹ ਵੀ ਬਾਹਰ ਦਾ ਨੰਬਰ ਹੈ, ਇਹ ਬਾਹਰ ਦਾ ਨੰਬਰ ਆ, ਪਾਵਰ ਸਟੇਅਰਿੰਗ ਆ। ਇਹਦੀ ਕੀ ਡਿਮਾਂਡ ਆ? ਟੋਪ ਮਾਡਲ ਆ ਵੀ, ਕਲੋਸਕਰ ਇੰਜਨ 'ਚ, ਕਲੋਸਕਰ ਇੰਜਨ 2,80,000, 2,80,000 ਡਿਮਾਂਡ ਆ ਇਹਦੀ। ਅਤੇ ਆ ਜਾਓ, ਤੁਹਾਨੂੰ ਅੱਗੇ ਇਹਨਾਂ ਕੋਲ ਖੜ੍ਹੇ ਆ 30-65 ਡੀ ਇੰਡੋ ਫਾਰਮ। ਇਹ ਕਿਹੜਾ ਮਾਡਲ ਆ? ਇਹ 15 ਮਾਡਲ, ਇਹਦੀ ਕੀ ਡਿਮਾਂਡ ਆ? 3,00,000 ਦੀ। ਇਹ 3,00,000 ਰੁਪਈਆ ਡਿਮਾਂਡ ਆ ਇਹਦੀ ਭਾਅ ਜੀ, 30-65 ਵੱਡਾ ਟਰੈਕਟਰ ਇਹ। ਅਤੇ ਇਹਨਾਂ ਕੋਲ ਖੜ੍ਹੇ ਆ 2 ਜੌਂਡੀਅਰ, ਜੌਂਡੀਅਰ ਦੇਖ ਸਕਦੇ ਹੋ ਤੁਸੀਂ। ਇੱਕ ਤਾਂ 50-55 ਈ ਆ, ਇੱਕ 50-50 ਡੀ ਆ, ਦੋਨਾਂ ਦੀ ਤੁਹਾਨੂੰ ਇਕੱਲੀ ਇਕੱਲੀ ਦੀ ਵੀਡੀਓ ਦਿਖਾਉਣਾ। ਅਤੇ ਇਹ ਕਿਹੜਾ ਮਾਡਲ ਰਾਜੇ? ਇਹ 14 ਜੀ। ਇਹ 14 ਮਾਡਲ, ਇਹਦੀ ਕੀ ਡਿਮਾਂਡ ਆ? ਇਹ ਦੇ ਦਾਂਗੇ 3,30,000 ਦਾ। ਇਹ 3,30,000 ਰੁਪਈਆ ਡਿਮਾਂਡ ਆ, 14 ਮਾਡਲ ਆ। ਦੇਖ ਸਕਦੇ ਹਾਂ ਟਰੈਕਟਰ ਤੁਸੀਂ, ਸਾਰਾ ਕੁਛ ਹਨੇਰਾ ਹੋ ਗਿਆ ਵੀਡੀਓ ਬਣਾਉਂਦੇ, ਨਹੀਂ ਤਾਂ ਦਿਨ ਦੇ ਵਿੱਚ ਹੋਰ ਕਲੀਅਰ ਬਣਦੀ ਹੁੰਦੀ ਹੈ ਵੀਡੀਓ। ਇਹ ਵੀ ਬਾਹਰ ਦੇ ਨੰਬਰ ਆ ਟਰੈਕਟਰ ਬਾਈ ਜੀ, ਟਰੈਕਟਰ ਪਟਿਆਲੇ ਤਕਰੀਬਨ ਬਾਹਰ ਦਾ ਨੰਬਰ ਹੋਣ ਕਰਕੇ ਰੇਟ ਦਾ ਫਰਕ ਆ, ਕਿਤੇ ਲੋਕਲ ਟਰੈਕਟਰਾਂ ਨਾਲ ਇਹਦਾ ਰੇਟ ਦਾ ਕੰਪੈਰੀਜ਼ਨ ਨਾ ਕਰਿਆ ਕਰੋ ਮੇਰਾ ਵੀਰ। ਲੋਕਲ ਨੰਬਰਾਂ ਦਾ ਰੇਟ ਹੋਰ ਹੁੰਦਾ, ਬਾਹਰ ਦੇ ਨੰਬਰਾਂ ਦਾ। ਤੇਰਾ ਨੰਬਰ ਬੋਲੇ ਪੁੱਤਰ? ਅੱਛਾ, ਦੁਕਾਨ ਨੰਬਰ ਕਿੰਨਾ ਤੁਹਾਡਾ? 258। 258 ਨੰਬਰ ਦੁਕਾਨ 'ਤੇ ਖੜ੍ਹੇ ਆ ਇਹ। ਇਹ ਕਿਹੜਾ ਮਾਡਲ ਹੈ? ਇਹ 14 ਮਾਡਲ। ਇਹ ਕਿੰਨੇ ਦਾ? 3,20,000 ਰੁਪਈਏ ਇਹਦੀ ਡਿਮਾਂਡ ਆ। ਇਹਦੇ ਟਾਇਰ ਹੈਗੇ ਆ 14 ਦੇ, 3,20,000 ਰੁਪਈਆ ਡਿਮਾਂਡ ਆ ਇਹਦੀ। ਪੰਜਾਹ ਡੀ ਅਤੇ 50-55 ਈ ਬੰਪਰ ਨਾਲ ਲੱਗਿਆ ਪਾਵਰ ਸਟੀਅਰਿੰਗ ਟਰੈਕਟਰ। ਇਹ ਪਟਿਆਲਾ ਟਰੈਕਟਰ ਮਾਰਕੀਟ ਦੀ ਵੀਡੀਓ ਆ, ਕਈ ਵਾਰ ਅਗਲੇ ਨੂੰ ਦੱਸਣਾ ਭੁੱਲ ਜਾਈਦਾ। ਭਲਵਾਨ ਟਰੈਕਟਰ ਪਟਿਆਲਾ ਆਪਣਾ ਚੈਨਲ ਆ, ਸਬਸਕ੍ਰਾਈਬ ਕਰੋ ਚੈਨਲ ਨੂੰ, ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਦੁਕਾਨ ਨੰਬਰ ਫਿਰ ਤੁਹਾਨੂੰ ਦੁਬਾਰਾ ਦੱਸ ਦਿੰਦੇ ਹਾਂ, ਫੋਨ ਨੰਬਰ ਕਈ ਵਾਰ ਦੁਕਾਨਦਾਰ ਨਹੀਂ ਦੇਣਾ ਚਾਹੁੰਦੇ ਆਪਦਾ, ਕਿਉਂ ਫੋਨ 'ਤੇ ਥੋੜ੍ਹਾ ਜਿਹਾ ਅਗਲੇ ਕੋਲ ਵੀ ਟਾਈਮ ਘੱਟ ਹੁੰਦਾ। ਕਿੰਨਾ ਨੰਬਰ ਦੁਕਾਨ ਆ ਰਾਜੇ? 258 ਨੰਬਰ ਪਟਿਆਲੇ ਕੁਆਰੀ ਮਾਰਕੀਟ 'ਚ ਦੁਕਾਨ ਇਹਨਾਂ ਦੀ।
ਟਰੈਕਟਰ ਹੋਰ ਵੀ ਬਹੁਤ ਖੜੇ ਇਹਨਾਂ ਕੋਲ 744 ਖੜੇ ਆ 3630 ਖੜੇ ਇਹ ਕਿਹੜਾ ਮਾਡਲ ਹੈ ਕਿਹੜਾ ਜੀ ਇਹ 744 ਇਹ 13 ਮਾਡਲ ਹੈ 4 ਸਟਾਰ ਆ ਇਹ 13 ਮਾਡਲ 4 ਸਟਾਰ ਆ ਟੌਪ ਮਾਡਲ ਦੇ ਵਿੱਚ ਹੈ ਕਿੰਨੇ ਦਾ ਰਾਜੇ ਇਹ 320 ਇਹਦਾ ਬਾਈ ਜੀ 320,000 ਰੁਪਏ ਡਿਮਾਂਡ ਹੈ ਤੇ 3630 ਲੋਕਲ ਨੰਬਰ ਹੈ ਹਰਿਆਣੇ ਦਾ ਜੀ ਇਹ ਵੀ ਬਾਹਰ ਦਾ ਨੰਬਰ ਹੈ ਨਾ 744 ਹਾਂ ਇਹ ਬਾਹਰ ਦਾ 744 ਬਾਹਰ ਦਾ ਨੰਬਰ ਹੈ ਟਾਇਰ ਇਹਦੇ ਦੇਖ ਲਓ ਟਰੈਕਟਰ ਸਾਰਾ ਓਰੀਜਨਲ ਪਿਆ ਦੇਖ ਸਕਦੇ ਹਾਂ ਪਾਵਰ ਸਟੇਅਰਿੰਗ ਦੇ ਵਿੱਚ ਹੈ ਟਰੈਕਟਰ ਅਤੇ ਇੱਕ ਹੈਗਾ 3630 ਇਹ ਹਰਿਆਣਾ ਨੰਬਰ ਹੈ ਇਹ ਕਿਹੜਾ ਮਾਡਲ ਹੈ ਇਹ 14 ਮਾਡਲ ਹੈ ਇਹ 14 ਮਾਡਲ ਹੈ ਕਿੰਨੇ ਦਾ 410 ਇਹ 410,000 ਰੁਪਏ ਦਾ 14 ਮਾਡਲ ਹੈ ਠੀਕ ਆ ਦੋਸਤੋ ਧੰਨਵਾਦ ਵੀਡੀਓ ਦੇਖਣ ਲਈ ਸ਼ੁਕਰੀਆ ਮਿਹਰਬਾਨੀ ਭਲਵਾਨ ਟਰੈਕਟਰ ਪਟਿਆਲਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਵੀਰ ਜੀ ਵੀਡੀਓ ਦੇਖਣ ਦਾ ਤੁਹਾਨੂੰ ਸਾਨੂੰ ਇਹੀ ਮਾਣ ਆ ਜੇ ਸਾਡਾ ਚੈਨਲ ਸਬਸਕ੍ਰਾਈਬ ਕਰਦੇ ਹਾਂ ਤੁਹਾਨੂੰ ਵੀਡੀਓ ਘਰ ਬੈਠਿਆਂ ਨੂੰ ਟਰੈਕਟਰ ਦੀਆਂ ਮੈਂ ਰੋਜ਼ ਹੀ ਅਪਡੇਟ ਪਾਈ ਜਾਂਦਾ ਹੁੰਦਾ ਸ਼ੁਕਰੀਆ ਮਿਹਰਬਾਨੀ ਆਪਣਾ ਫੋਨ ਨੰਬਰ 98145403 ਦੁਕਾਨ ਨੰਬਰ 322